ਹੈਲੋ एवरीवन ਸਸਿਆ ਕਾਲ ਸਾਰਿਆਂ ਨੂੰ ਅੱਜ ਦਾ ਲੈਕਚਰ ਜਿਹੜਾ ਹੈ ਉਹ ਅਸੀਂ ਸਟਾਰਟ ਕਰਦੇ ਹਾਂ ਇਹਦੇ ਵਿੱਚ ਅਸੀਂ ਪੰਜਾਬ ਦੇ 7000 ਐਗਜ਼ਾਮ ਮਤਲਬ ਪੰਜਾਬ ਦੇ ਐਗਜ਼ਾਮਸ ਲਈ ਜਿਹੜੇ 7000 ਕੁਐਸਚਨਸ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਹਾਂ ਅੱਜ ਦਾ ਲੈਕਚਰ ਨੰਬਰ 3rd ਹੈ ਮੈਂ ਪਹਿਲੇ ਹੀ ਦੋ ਲੈਕਚਰ ਜਿਹੜੇ ਨੇ ਉਹ ਤੁਹਾਨੂੰ ਕਰਵਾ ਚੁੱਕੀ ਹਾਂ ਜਿਹਦੇ ਵਿੱਚ ਮੈਂ ਇੰਪੋਰਟੈਂਟ ਐਮਸੀਕਿਊਜ਼ ਜਿਹੜੇ ਨੇ ਉਹ ਕਵਰ ਅਪ ਕੀਤੇ ਨੇ ਬਟ ਹੁਣ ਅਸੀਂ ਨੈਕਸਟ 3 ਲੈਕਚਰ ਜਿਹੜਾ ਹੈ ਸਟਾਰਟ ਕਰ ਰਹੇ ਹਾਂ ਤੇ ਮੇਰਾ ਨਾਮ ਹੈ ਅਸ਼ਿਕਾ ਟੰਡਨ ਚਲੋ ਸਟਾਰਟ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹਾਂਗੀ ਮੇਰੇ ਜਿਹੜੇ পেইਡ ਬਾਚਸ ਨੇ ਉਹ ਤੁਹਾਡੇ ਸਟਾਰਟ ਹੋ ਗਏ ਨੇ ਇਹ ਲਾਈਵ ਕਲਾਸਿਸ ਹੋਣਗੀਆਂ ਮੈਂ ਰਿਕਾਰਡਡ ਵਨ ਨਹੀਂ ਲਵਾਂਗੀ ਇਹ ਮੇਰੇ ਆਪ ਦੇ ਵਿੱਚ ਹੋਣਗੀਆਂ ਟੰਡਨ ਕਲਾਸਿਸ ਇਹਦਾ ਤੁਹਾਨੂੰ ਲਿੰਕ ਜਿਹੜਾ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੇ ਕਮੈਂਟ ਸੈਕਸ਼ਨ ਦੇ ਵਿੱਚ ਪਿਨ ਕੀਤਾ ਹੋਇਆ ਮਿਲੇਗਾ ਤੁਸੀਂ ਅਗਰ ਇੰਟਰਸਟਿਡ ਹੋ ਸਾਡਾ ਪਹਿਲਾ ਜਿਹੜਾ ਬਾਚ ਹੈ 6 ਚੈਪਟਰਸ ਦਾ ਬਾਚ ਹੈ ਇਹਦੇ ਵਿੱਚ ਜਿਹੜੇ ਵੀ ਪਟਵਾਰੀ ਲਈ ਇੰਪੋਰਟੈਂਟ ਚੈਪਟਰਸ ਨੇ ਉਹ ਸਾਰੇ ਕੰਪਲੀਟ ਹੋ ਰਹੇ ਹਨ ਇਹਦੀ ਸ਼ੋਰਟੀ ਮੈਂ ਤੁਹਾਨੂੰ ਦੇਨੀ ਆ ਕਿ ਇਹਦੇ ਵਿੱਚ ਤੁਹਾਨੂੰ 2-3 ਕੁਐਸਚਨਸ ਆਪਣੇ ਪੇਪਰ ਦੇ ਵਿੱਚ ਦੇਖਣ ਨੂੰ ਮਿਲੋਗੇ ਪੰਜਾਬ ਦੇ ਐਗਜ਼ਾਮਸ 'ਚ ਪੋਲੀਟੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਤੇ ਆਪਾਂ ਕੰਪਲੀਟ ਕੋਰਸ ਕਰ ਰਹੇ ਹਾਂ ਇੰਡੀਅਨ ਪੋਲੀਟੀ ਦਾ ਬੇਸਿਕ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਜੇ ਤੁਹਾਨੂੰ ਇਹਦੇ ਬਾਰੇ ਜਾਣਨਾ ਹੈ ਦੇਖੋ ਮਹਿਜ 49 ਰੁਪੀਸ ਦੇ ਵਿੱਚ ਤੁਹਾਨੂੰ ਟੋਟਲ ਕਹਿ ਲਓ 6 ਚੈਪਟਰਸ ਯਾਨੀ ਕਿ ਤੁਸੀਂ ਕਹਿ ਲਓ 6 ਤੋਂ ਲੈ ਕੇ 7 ਕਲਾਸਿਸ ਮਿਲਣਗੀਆਂ ਲਾਈਵ ਉਹ ਵੀ ਜਿਹੜੀ ਹੈ ਕਾਫੀ ਜ਼ਿਆਦਾ ਇੰਟਰਐਕਟਿਵ ਕਲਾਸਿਸ ਹੋਣਗੀਆਂ ਜਿਦੇ ਚ ਤੁਸੀਂ ਡਾਊਟ ਵਗੈਰਾ ਸਾਰੇ ਆਪਣੇ ਪੁੱਛ ਸਕਦੇ ਹੋ ਅ uh, ਦੁੱਜੀਗਲ 49 ਰੁਪੀ ਮੈਨੂੰ ਨਹੀਂ ਲੱਗਦਾ ਅੱਜ ਅੱਜ ਦੇ ਜ਼ਮਾਨੇ ਦੇ ਵਿੱਚ ਕੁਝ ਹੈਗੇ ਨੇ ਇਹ ਵੀ ਪ੍ਰਾਈਸ ਇਸ ਕਰਕੇ ਰੱਖਿਆ ਗਿਆ ਹੈ ਕਿ ਸੀਰੀਅਸ ਬੱਚੇ ਜਿਹੜੇ ਨੇ ਉਹ ਆਪਣੇ ਕੋਲ ਆਣ ਤੇ ਆਪਾਂ ਉਹਨਾਂ ਦੀ ਮਦਦ ਜਿਹੜੀ ਹੈ ਕਰ ਸਕੀਏ ਸੈਕਿੰਡਲੀ ਮੈਨੂੰ ਵੀ ਐਕਸਪੈਂਸ ਜਿਹੜੇ ਨੇ ਉਹ ਪੈਂਦੇ ਨੇ ਐਪ ਵਗੈਰਾ ਦੇ ਅਗਰ ਮੈਂ ਰੱਖਿਆ ਤੇ ਉਹ ਐਕਸਪੈਂਸਸ ਨਿਕਲ ਜਾਣ ਤੇ ਆਪਣਾ ਵਿਨ-ਵਿਨ ਸਿਚੁਏਸ਼ਨ ਜੀ ਹੋਵੇ ਇਸ ਕਰਕੇ ਇਹ ਪ੍ਰਾਈਸ ਰੱਖਿਆ ਹੈਗਾ ਤੇ ਤੁਸੀਂ ਦੇਖੋ ਮੇਰਾ ਟੀਚਿੰਗ ਸਟਾਈਲ ਕਿਦਾਂ ਦਾ ਹੈ ਅ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪ੍ਰਿਪੇਅਰ ਕਰਨਾ ਚਾਹੁੰਦੇ ਹੋ ਸੀਰੀਅਸਲੀ ਤਾਂ ਬੱਚਾ ਇੱਕ ਵਾਰ ਟਰਾਈ ਜ਼ਰੋ કરીયો ਮੇਰੀ ਇੱਕ ਗੱਲ ਦੀ ਸ਼ੋਰਟੀ ਜ਼ਰੂਰ ਹੈਗੀ ਹੈ ਕਿ ਤੁਸੀਂ ਲਾਈਫਟਾਈਮ ਲਈ ਮੇਰੇ ਨਾਲ ਜੁੜਨਾ ਪਸੰਦ ਕਰੋਗੇ ਠੀਕ ਹੈ ਜੀ ਚਲੋ ਹੁਣ ਇੱਕ ਹੋਰ ਚੀਜ਼ ਹੈ ਇਹਦੀ ਵਿੱਚ ਰਿਕਾਰਡਿੰਗਸ ਵੀ ਅਵੇਲੇਬਲ ਹੋਣ ਗਿਆ 2 ਮੰਥਸ ਲਈ ਮੈਂ ਇਹਦੀ ਵੈਲਿਡਿਟੀ ਰੱਖੀ ਹੈ ਜਿਸ ਦਿਨ ਤੋਂ ਤੁਸੀਂ ਕੋਰਸ ਜਿਹੜਾ ਹੈ ਪਰਚੇਸ ਕਰੋਗੇ ਠੀਕ ਹੈ ਯਾਨੀ ਕਿ 15 ਤੋ ਇਹਦਾ ਬੈਚ ਸਟਾਰਟ ਹੋ ਰਿਹਾ ਹਜੇ ਨਹੀਂ ਹਜੇ ਤਾਂ 8 ਮਈ ਹੋਈ ਹੈ ਨਾ ਤੇ 15 ਮਈ ਤੋਂ ਬੈਚ ਜਿਹੜਾ ਹੈ ਉਹ ਸਟਾਰਟ ਹੋ ਰਿਹਾ ਹੈ ਤੇ ਅਗਰ 15 ਮਈ ਤੋਂ ਸਟਾਰਟ ਹੋ ਰਹੀਆਂ ਨੇ ਕਲਾਸਿਸ ਤੇ 15 ਮਈ ਤੋਂ ਲੈ ਕੇ ਤੁਹਾਡੇ ਕੋਲ 2 ਮਹੀਨੇ ਦੀ ਰਿਕਾਰਡਿੰਗਸ ਅਵੇਲੇਬਲ ਹੋਣ ਗਿਆ। ਇਹਦੀ ਪੀਡੀਫਾ, ਨੋਟਸ ਵਗੈਰਾ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੀ। ਫਿਰ ਇੱਕ ਨੈਕਸਟ ਬਾਚ ਆਏਗਾ ਉਹਦੇ ਵਿੱਚ ਅਸੀਂ ਅਗਲੇ 6 ਚੈਪਟਰਸ ਕਰਾਂਗੇ। ਪੀਸੀਐਸ ਲੈਵਲ ਤੱਕ ਦੀ ਪੋਲਿਟੀ ਬੇ ਕੰਪਲੀਟ ਇਹਦੇ ਵਿੱਚ ਕਰਾਂਗੇ। ਤੁਹਾਨੂੰ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ। ਉੱਪਰੋਂ ਉੱਪਰੋਂ ਨਹੀਂ ਪੜਾਣਾ। ਮੈਂ ਪੂਰਾ ਡਿਟੇਲ ਵਿੱਚ ਤੁਹਾਨੂੰ ਵਿੱਚ ਲੈ ਕੇ ਜਾਵਾਂਗੀ। ਠੀਕ ਹੈ ਤੁਹਾਨੂੰ ਕੋਈ ਇਦਾਂ ਦਾ ਕੰਟੈਂਟ ਤੁਹਾਨੂੰ ਕੁਆਲਿਟੀ ਵਾਲਾ ਦੇਣ ਵਾਲਾ ਨਹੀਂ ਮਿਲੇਗਾ ਇਹ ਮੇਰਾ ਪ੍ਰੋਮਿਸ ਹੈਗਾ ਵਾ ਠੀਕ ਹੈ ਬਾਕੀ ਜਿਹੜਾ ਐਪ ਵਗੈਰਾ نیچے ਦੇਖ ਲਿਓ ਡਾਊਨਲੋਡ ਕਰ ਲਿਓ ਹੋਰ ਵੀ ਬਹੁਤ ਸਾਰੇ ਕੋਰਸ ਜਿਹੜੇ ਆ ਵਾ ਲੈ ਕੇ ਆਵਾਂਗੇ ਹੁਣ ਗੱਲ ਕਰਦੇ ਆ ਅੱਜ ਦੇ ਕੁਐਸਚਨਸ ਬਾਰੇ ਤੇ ਸਭ ਤੋਂ ਪਹਿਲਾ ਕੁਐਸਚਨ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਅੱਜ ਮੈਂ ਹਿਸਟਰੀ ਤੇ ਕੈਲੋ ਜੀਓਗ੍ਰਾਫੀ ਆ ਦੋ ਸਬਜੈਕਟਸ ਲਿੱਤੇ ਨੇ ਹੁਣ ਧੀਰੇ ਧੀਰੇ ਕਰਕੇ ਬਾਕੀ ਸਬਜੈਕਟਸ ਵੀ ਲੈਣੇ ਸਟਾਰਟ ਕਰਾਂਗੀ ਜੀਓਗ੍ਰਾਫੀ ਦਾ ਬੈਚ ਵੀ ਆਏਗਾ ਜਿਹੜਾ ਤੁਹਾਡੇ ਕੋਆਪਰੇਟਿਵ ਦੇ ਵਿੱਚ ਪੰਜਾਬ ਕੋਆਪਰੇਟਿਵ ਦੇ ਵਿੱਚ ਇੰਡੀਅਨ ਜੀਓਗ੍ਰਾਫੀ ਕਹੀ ਗਈ ਹੈ ਵਲੀ ਪੰਜਾਬ ਦੇ ਵਿੱਚ ਵੀ ਇੰਡੀਅਨ ਜੀਓਗ੍ਰਾਫੀ ਹੀ ਤੁਹਾਨੂੰ ਆਣੀ ਹੈਗੀ ਆ ਉੱਥੇ ਪੰਜਾਬ ਦੀ ਜੀਓਗ੍ਰਾਫੀ ਲਿਖੀ ਆ ਉਹ ਇੰਡੀਅਨ ਜੀਓਗ੍ਰਾਫੀ ਦਾ ਵੀ ਪਾਰਟ ਆ ਜਾਂਦੀ ਹੈਗੀ ਆ ਤੇ ਉਹ ਵੀ ਆਪਾਂ ਕਰਾਂਗੇ ਹਾਂ ਸਭ ਤੋਂ ਪਹਿਲਾ ਕੁਸ਼ਨ ਆਉਂਦਾ ਹੈ ਬੱਚਾ ਗ੍ਰੇਟਰ ਹਿਮਾਲਿਆਜ਼ ਇਜ਼ ਅਦਰਵਾਈਜ਼ ਕਾਲਡ ਐਜ਼ ਆ ਦੇਖੋ ਹਿਮਾਲਿਆਜ਼ ਨੂੰ ਜਦ ਅਸੀਂ ਗੱਲ ਕਰਦੇ ਹਾਂ ਹਿਮਾਲਿਆਜ਼ ਨੂੰ ਇਹ ਤਿੰਨ ਮੇਜਰ ਕੈਟਾਗਰੀਜ਼ ਹੁੰਦੀਆਂ ਨੇ ਇੱਕ ਹੁੰਦੀ ਹੈ ਗ੍ਰੇਟਰ ਹਿਮਾਲਿਆਸ ਗ੍ਰੇਟਰ ਹਿਮਾਲਿਆਸ ਦੂਜੀ ਕੈਟਾਗਰੀ ਹੁੰਦੀ ਹੈ ਠੀਕ ਹੈ ਹਿਮਾਚਲ ਤੀਜੀ ਅਗਰ ਆਪਾਂ ਕਹੀਏ ਸ਼ਿਵਾਲਿਕਸ ਇਹ ਤਿੰਨ ਕੈਟਾਗਰੀਜ਼ ਹੁੰਦੀਆਂ ਨੇ ਗ੍ਰੇਟਰ ਹਿਮਾਲਿਆ ਨੂੰ ਅਸੀਂ ਬੋਲਦੇ ਹਾਂ ਕਹਿ ਲੋ ਹਿਮਾਦਰੀ ਦੂਜਾ ਨਾਮ ਹੈ ਦਾ ਠੀਕ ਹੈ ਉਸ ਤੋਂ ਬਾਅਦ ਹਿਮਾਚਲ ਨੂੰ ਅਸੀਂ ਬੋਲਦੇ ਹਾਂ ਲੈਸਰ ਹਿਮਾਲਿਆਸ ਤੇ ਸ਼ਿਵਾਲਿਕਸ ਨੂੰ ਅਸੀਂ ਇੱਕ ਤਰੀਕੇ ਨਾਲ ਆਊਟਰ ਹਿਮਾਲਿਆਸ ਬੋਲਦੇ ਆ ਇਹ ਤਿੰਨ ਕੈਟਾਗਰੀਜ਼ ਦੇ ਵਿੱਚ ਸਾਡੇ ਹਿਮਾਲਿਆਸ ਜਿਹੜੇ ਨੇ ਉਹ ਡਿਵਾਈਡ ਕੀਤੇ ਜਾਂਦੇ ਨੇ ਹੁਣ ਦੇਖੋ ਤੁਸੀਂ ਆਪਸ਼ਨਸ ਤੇ ਦੇ ਜੇ ਤਾਂ ਸ਼ਿਵਾਲਿਕਸ ਹੋਂਦਾ ਸ਼ਿਵਾਲਿਕਸ ਇੱਥੇ ਕੀ ਲਿਖਿਆ ਹੋਣਾ ਚਾਹੀਦਾ ਸੀ ਆਊਟਰ ਹਿਮਾਲਿਆਸ ਤੇ ਬੱਚਾ ਇਹ ਹੋਏਗਾ ਨਹੀਂ ਇਹ ਤਾਂ ਕੈਟਾਗਰੀ ਨਹੀਂ ਆਈ ਨਾ ਹੀ ਇਹ ਬੱਚਾ ਕੀ ਇੱਥੇ ਹਿਮਾਤਰੀ ਵਿਲ ਬੀ ਦਾ ਰਾਈਟ ਆਨਸਰ ਫਸਟ ਵਿਲ ਇਹਨਾਂ ਦਾ SSC 2 ਲੈਵਲ ਦੇ ਇਗਜ਼ਾਮ ਦੇ ਵੀ 2013 ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਬਹੁਤ ਇੰਪੋਰਟੈਂਟ ਜਿਆ ਕੁਐਸਚਨ ਹੈ ਬਹੁਤ ਸਾਰੇ ਇਗਜ਼ਾਮ ਜਿਹਨੂੰ ਇਦਾਂ ਹੀ ਪੁੱਛ ਲੈਂਦੇ ਨੇ ਠੀਕ ਹੈ ਜਿਹੜਾ ਇਹ ਡਿਵੀਜ਼ਨ ਕੀਤੀ ਗਈ ਨਾ ਉਹਨਾਂ ਦੀ ਮਤਲਬ ਮੇਜਰ ਜੀਓਗ੍ਰਾਫੀਕਲ ਫਾਲਟ ਲਾਈਨਸ ਹੁੰਦੀਆਂ ਨੇ ਇਹ ਵੀ ਤੁਹਾਨੂੰ ਸਿਖਾਵਾਂਗੀ ਕਿਦਾਂ ਡਿਵੀਜ਼ਨ ਇਹ ਕੀਤੀ ਗਈ ਹੈ ਜੀਓਗ੍ਰਾਫੀ ਵਿੱਚ ਤੁਸੀਂ ਪੜੋਗੇ ਅਗਲਾ ਕਹਿੰਦਾ ਹੈ ਹਾਈਐਸਟ ਵਾਟਰਫਾਲ ਆਫ ਇੰਡੀਆ ਇਜ਼ ਅ ਸਟੇਟ ਆਫ ਦੇਖੋ ਇੱਥੇ ਪੁੱਛ ਲੈ ਕਿ ਹਾਈਐਸਟ ਵਾਟਰਫਾਲ ਜਿਹੜਾ ਹੈਗਾ ਵਾ ਜਿਵੇਂ ਪਹਾੜਾ ਤੋਂ ਪਾਣੀ ਡਿੱਗਦਾ ਨਾ ਇਹ ਕਿੱਥੇ ਹੈਗਾ ਇਹ ਤੁਹਾਡਾ ਹੈਗਾ ਇਹਦਾ ਨਾਮ ਹੈ ਬਹੁਤ ਹੀ ਇੰਪੋਰਟੈਂਟ ਹੈ ਕੁਚିକਲ ਫਾਲਸ ਠੀਕ ਹੈ ਇਹ ਹੈ ਕਿਤੇ ਵਿੱਚ கர்ਨਾਟਕਾ ਦੇ ਵਿੱਚ ਹੈ ਹਾਈएस्ट ਵਾਟਰਫਾਲ ਇਨ ਇੰਡੀਆ ਤੇ ਜੇ ਆ ਇਹਨੂੰ ਇੱਕ ਕੁਚିକਲ ਫਾਲਸ ਇਨ ਇੰਡੀਆ ਵਿੱਚ கர்ਨਾਟਕਾ ਪਹਿਲੀ ਹੈਗੀ ਉਹ ਹਾਈएस्ट ਵਾਟਰਫਾਲ ਜੇ ਏਸ਼ੀਆ 'ਚ ਪੁੱਛਿਆ ਜਾਏ ਤਾਂ ਇਹਦਾ ਸੈਕਿੰਡ ਨੰਬਰ ਹੈ ਪੂਰੇ ਹੋਲ ਏਸ਼ੀਆ ਦੇ ਵਿੱਚ ਠੀਕ ਹੈ ਇਹ ਯਾਦ ਰੱਖਣਾ ਹੈ ਵੈਰੀ ਵੈਰੀ ਇੰਪੋਰਟੈਂਟ ਇੱਕ ਹੋਰ ਚੀਜ਼ ਕਈ ਵਾਰੀ ਪੁੱਛ ਲਈਤੀ ਜਾਂਦੀ ਜਿਵੇਂ ਕੋਚਿਕਲ ਫਾਲਸ ਹੈ ਨਾ ਇਹ ਕਿਹੜੇ ਰਿਵਰ ਨਾਲ ਮਤਲਬ ਬਣੀ ਹੈ ਇਹ ਵਾਰਹੀ ਰਿਵਰ ਹੈਗੀ ਹੈ ਉਹਦੇ ਨਾਲ ਬਣੀ ਹੈ ਇਹ ਸਟੈਟਿਕ ਜੀਕੇ ਦਾ ਕੁਐਸਚਨ ਹੈ ਹੁਣ ਜੇ ਅਸੀਂ ਆਪਸ਼ਨ ਦੇਖੀਂ ਆਂਧਰਾ ਪ੍ਰਦੇਸ਼ ਅਸਮ ਮਹਾਰਾਸ਼ਟਰ ਤੇ ਆਨਸਰ ਵਿਲ ਬੀ ਕਰਨਾਟਕਾ ਇਹ ਵੀ ਤੁਹਾਡਾ ਐਸਸੀ ਪਲੱਸ 2 ਲੈਵਲ ਇਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਹੈ ਅਗਲਾ ਕੁਐਸਚਨ ਅਸੀਂ ਕਰਦੇ ਹਾਂ which of the following is referred to as a young fold mountains ਇਦੇ ਵਿੱਚੋਂ ਕਿਹੜਾ ਜਿਹੜਾ ਤੁਹਾਡੇ ਯੰਗ ਫੋਲਡ ਮਾਊਂਟਨ ਜਿਹੜੇ ਨੇ ਕਹਿ ਲਾਂਗੇ ਦੇਖੋ ਦੋ ਤੁਹਾਨੂੰ ਯਾਦ ਰੱਖਣੇ ਨੇ ਇੱਕ ਤੁਹਾਡੇ 올ਡ ਰੇਂਜਸ ਇੱਕ ਤੁਹਾਨੂੰ ਯੰਗ ਫੋਲਡ ਮਾਊਂਟਨ ਯਾਦ ਰੱਖ ਨੇ ਇਹ ਦੋਨੋਂ ਸਭ ਤੋਂ ਜ਼ਿਆਦਾ 올ਡ ਰੇਂਜਸ ਜਿਹੜੀ ਹੁੰਦੀਆਂ ਨੇ ਉਹ আরাਵਰੀ ਹਿਲਸ ਨੂੰ ਬੋਲਿਆ ਜਾਂਦਾ ਨੇ ਤੇ ਯੰਗ ਫੋਲਡ ਮਾਊਂਟਨ ਜਿਹੜੇ ਹੁਣੇ-ਹੁਣੇ ਬਣੇ ਉਹ ਸਾਰੇ ਤੁਹਾਡੇ ਹੈਗੇ ਹਿਮਾਲਿਆਸ ਇਹ ਤੁਹਾਨੂੰ ਯਾਦ ਰੱਖਣਾ ਨੀਲਗਿਰੀ ਨੂੰ ਅਸੀਂ ਕਈ ਵਾਰੀ ਬਲੂ ਮਾਊਂਟਨਸ ਵੀ ਕਹਿੰਨੇ ਆ ਇਹ ਵੀ ਬਹੁਤ ਇੰਪੋਰਟੈਂਟ ਹੈ ਇਹਦੇ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਕਰਾਵਾਂਗੀ ਵਿੰਧਿਆਸ ਇਹ ਵੀ ਰੇਂਜਸ ਹੁੰਦੇ ਰੇਂਜਸ ਦਾ ਮਤਲਬ ਕੀ ਹੁੰਦਾ ਪਹਾੜਾਂ ਦੀ ਕਹਿ ਲਓ ਪਹਾੜ ਬਹੁਤ ਸਾਰੇ ਪਾਏ ਜਾਂਦੇ ਤੇ ਇਹਨਾਂ ਨੂੰ ਰੇਂਜਸ ਕਿਹਾ ਜਾਂਦਾ ਹੈ ਅਰਾਵਲੀ ਰੇਂਜਸ ਡੜੀਆਂ ਨੇ ਇਹ ਸਭ ਤੋਂ 올ਡਰ ਵਨ ਹੈ ਠੀਕ ਹੈ 올ਡੇਸਟ ਵਨ ਅਗਲਾ ਕੁਐਸਚਨ ਕਹਿੰਦਾ ਹੈ ਵਿਚ ਇਜ਼ ਦਾ ਹਾਈਐਸਟ ਪਲੇਟਿਊ ਪਰਟ ਪਲੇਟਿਊ ਕੀ ਹੁੰਦਾ ਇਹ ਪਠਾਰ ਹੁੰਦਾ ਇਸ ਤਰੀਕੇ ਦਾ ਹੁੰਦਾ ਪਹਾੜ ਨੂੰ ਦੇਖੋਗੇ ਨਾ ਉਹ ਇਸ ਤਰੀਕੇ ਦੀ ਕੋਨ ਸ਼ੇਪ ਰੱਖਦਾ ਪਲੇਟਿਊ ਕੁਝ ਇਸ ਤਰੀਕੇ ਦਾ ਹੁੰਦਾ ਹੈ ਹੁਣ ਇੱਥੇ ਪੁੱਛਿਆ ਗਿਆ ਕਿ ਹਾਈएस्ट ਪਲੇਟਿਊ ਇਨ ਇੰਡੀਆ ਕਿਹੜਾ ਹੈ অপਸ਼ਨ ਦਿੱਤਾ ਗਿਆ ਡੈਕਨ ਪਲੇਟਿਊ ਛੋਟਾ ਨਾਗਪੁਰ ਪਲੇਟਿਊ ਲਦਾਖ ਪਲੇਟਿਊ ਬੰਗੇਲਖੰਡ ਪਲੇਟਿਊ ਇਹ ਸਾਰੇ ਦੇ ਸਾਰੇ ਪਲੇਟਿਊ ਜਿਹੜੇ ਨੇ ਇੰਪੋਰਟੈਂਟ ਹੈਗੇ ਨੇ ਬਟ ਅਗਰ ਅਸੀਂ ਦੇਖੀਏ ਹਾਈएस्ट ਪਲੇਟਿਊ ਦੀ ਤਾਂ ਉਹ ਲਦਾਖ ਪਲੇਟਿਊ ਹੈ ਇਹਨੂੰ ਕਈ ਵਾਰੀ ਅਸੀਂ ਲਾਰਜੈਸਟ ਪਲੇਟਿਊ ਵੀ ਕਹਿੰਦੇ ਆ ਜੇ ਤਾਂ ਐਗਜ਼ਾਮੀਨਰ ਪੁੱਛ ਲੈ ਲਾਰਜੈਸਟ ਪਲੇਟਿਊ ਹਾਈएस्ट ਪਲੇਟਿਊ ਜਾਂ ਤੁਹਾਨੂੰ ਇਹ ਵੀ ਪੁੱਛੇ ਕਿ ਰੂਫ ਆਫ ਦਾ ਵਰਲਡ ਰੂਫ ਆਫ ਦਾ ਵਰਲਡ ਕਿਨੂੰ ਕਹਨੇ ਆ ਪਲੀਜ਼ ਯਾਦ ਰੱਖਿਓ ਲਦਾਖ ਪਲੇਟਿਊ ਠੀਕ ਹੈ ਇਵੇਂ ਛੋਟਾ ਨਾਗਪੁਰ ਪਲੇਟਿਊ ਹੈਗਾ ਇਹ ਝਾਰਖੰਡ ਵਾਲੀ ਸਾਈਡ ਹੈਗਾ ਇੱਥੇ ਤੁਹਾਡੀ ਦਮੋਦਰ ਰਿਵਰ ਦਾ ਓਰੀਜਿਨੇਸ਼ਨ ਜਿਹੜਾ ਹੈ ਹੁੰਦਾ ਹੈ ਡੈਕਨ ਪਲੇਟਿਊ ਦੀ ਗੱਲ ਕਰੀਏ ਵਿੱਚ ਡੈਕਨ ਪਲੇਟਿਊ ਜਿਹੜਾ ਹੈਗਾ ਨਾ ਇਹ ਟ੍ਰੈਂਗੂਲਰ ਇਨ ਸ਼ੇਪ ਹੁੰਦਾ ਹੈ ਮੈਂ ਬੜੀ ਵਾਰ ਦੱਸਿਆ ਹੈ ਮਹਾਰਾਸ਼ਟਰ ਵਾਲੀ ਸਾਈਡ ਹੈਗਾ ਵਾ ਇੱਥੇ ਬਲੈਕ ਸੋਇਲ ਬੜੀ ਪਾਈ ਜਾਂਦੀ ਹੈ ਜਿੱਥੇ ਕਾਟਨ ਆ ਵਗੈਰਾ ਜਿਹੜੀ ਹੈ ਹੁੰਦੀ ਹੈ ਠੀਕ ਹੈ ਤੇ ਆ ਯਾਦ ਰੱਖਣਾ ਇੰਪੋਰਟੈਂਟ ਕੁਐਸਚਨ ਹੈਗਾ ਅਗਲਾ ਕੁਐਸਚਨ ਦੀ ਗੱਲ ਕਰਦੇ ਆਂ ਦਾ ਈਸਟਰਨ ਮੋਸਟ ਪੀਕ ਆਫ ਦਾ ਹਿਮਾਲਿਆਜ਼ ਇਸ ਕਿਹੜੀ ਐ ਈਸਟਰਨ ਮੋਸਟ ਪੀਕ ਅ ਈ ਹਿਮਾਲਿਆਜ਼ ਨੇ ਨਾ ਉਹਦੇ ਚ ਬਹੁਤ ਸਾਰੀ ਜਿਵੇਂ ਮਾਊਂਟੇਨਸ ਹੈ ਪਾਏ ਜਾਂਦੇ ਨੇ ਹਰ ਇੱਕ ਦੀ ਹਾਈਐਸਟ ਪੀਕ ਹੈ ਤੇ ਇੱਥੇ ਈਸਟਰਨ ਮੋਸਟ ਪੀਕ ਪੁੱਛ ਰਿਹਾ ਇਹਨੂੰ ਆਪਾਂ ਨਮਚਾ ਬਰਵਾ ਬੋਲਦੇ ਆਂ ਇਹ ਟੀਬਿਟਨ ਮਹਿੰਦਾਲਿਆਜ਼ ਦੇ ਵਿੱਚ ਹੈਗਾ ਹਜੇ ਤੁਸੀਂ ਇਹਨੂੰ ਇਦਾਂ ਹੀ ਯਾਦ ਰੱਖ ਲਓ ਕਿਉਂਕਿ ਜਦੋਂ ਮੈਂ ਹਿਮਾਲਿਆਜ਼ ਘਰਾਵਾਂਗੀ ਤਦੋਂ ਹੀ ਤੁਹਾਨੂੰ ਇਹ ਚੀਜ਼ ਸਮਝ ਆਏਗੀ ਕਿ ਇਹ ਕਿੱਦਾਂ ਹੈ ਜੇ ਤੁਸੀਂ ਜੀਓਗ੍ਰਾਫੀ ਬਿਲਕੁਲ ਨਹੀਂ ਪੜ੍ਹੀ ਹੈ ਸਿਰਫ ਇਹ ਨਹੀਂ ਤੁਸੀਂ ਯਾਦ ਰੱਖੋ ਅਗਲਾ क्वेश्चन ਕਹਿੰਦਾ ਮੈਟਾਮੋਰਫੀਜ਼ਮ ਮੈਂ ਬਹੁਤ ਵਾਰ ਦੱਸਿਆ ਮੈਟਾਮੋਰਫੀਜ਼ਮ ਦਾ ਮਤਲਬ ਕੀ ਹੁੰਦਾ ਹੈ ਬੱਚਾ ਮੈਟਾਮੋਰਫੀਜ਼ਮ ਜਿਹੜਾ ਵਰਡ ਹੈ ਇਹ ਇੱਕ ਗ੍ਰੀਕ ਲੈਂਗੁਏਜ ਤੋਂ ਲਿੱਤਾ ਗਿਆ ਵਰਡ ਹੈ ਇਹਦਾ ਮਤਲਬ ਕੀ ਹੁੰਦਾ ਮੈਟਾ ਦਾ ਮਤਲਬ ਹੁੰਦਾ ਹੈ ਚੇਂਜ ਹੋਣਾ ਠੀਕ ਹੈ ਅਗਰ ਆਪਾਂ ਗੱਲ ਕਰੀਏ ਮੋਰਫ ਦਾ ਮਤਲਬ ਮੋਰਫ ਦਾ ਮਤਲਬ ਹੁੰਦਾ ਹੈ ਫਾਰਮ ਜਦੋਂ ਕੋਈ ਚੀਜ਼ ਆਪਣਾ ਫਾਰਮ ਚੇਂਜ ਕਰਦੀ ਹੈ ਐਦਾ ਦੀ ਪ੍ਰੋਸੈਸ ਨੂੰ ਆਪਾਂ ਮੈਟਾਮੋਰਫਿਜ਼ਮ ਕਹਿੰਨੇ ਆ ਹੁਣ ਤੁਹਾਨੂੰ ਯਾਦ ਹੋਣਾ ਮੈਂ ਰੌਕਸ ਬਾਰੇ ਤੁਹਾਨੂੰ ਦੱਸਿਆ ਸੀਗਾ ਵੋਲਕੈਨਿਕ ਰੌਕਸ ਮਤਲਬ ਵੋਲਕੈਨੋ ਜਦੋਂ ਨਿਕਲਦਾ ਹੈ ਤਾਂ ਪਹਿਲੇ ਜਿਹੜੇ ਰੌਕਸ ਬੰਦਦੇ ਨੇ ਉਹ ਕਿਹੜੇ ਬੰਦਦੇ ਨੇ ਇੰਜੀਨੀਅਰਸ ਰੌਕਸ ਉਸ ਤੋਂ ਬਾਅਦ ਉਦਾਂ ਜੇ ਚੇਂजेस ਆਉਂਦੇ ਨੇ ਤੇ ਸੈਡੀਮੈਂਟਰੀ ਰੌਕਸ ਬਣਦੇ ਨੇ ਜਦੋਂ ਇੰਜੀਨੀਅਰ ਰੌਕ ਤੇ ਸੈਡੀਮੈਂਟਰੀ ਰੌਕਸ ਤੇ ਸਟਰਕਚਰ ਦੇ ਵਿੱਚ ਟੈਕਸਚਰ ਦੇ ਵਿੱਚ ਚੇਂਜ ਆਂਦਾ ਹੈ ਧੀਰੇ ਧੀਰੇ ਕਰਕੇ ਤੇ ਉਹ ਮੈਟਾਮੋਰਫਿਜ਼ਮ ਦੀ ਪ੍ਰੋਸੈਸ ਜਾਂਦੇ ਨੇ ਤੇ ਜਿਹੜਾ ਥਰਡ ਸਟੇਜ ਹੁੰਦਾ ਕਿਸੇ ਰੌਕ ਦਾ ਮੈਟਾਮੋਰਫਿਕ ਰੌਕ ਹੁੰਦਾ ਹੈ ਤੇ ਇਹਦੇ ਵਿੱਚ ਸਟਰਕਚਰ ਤੇ ਟੈਕਸਚਰ ਦੋਨੋਂ ਦੇ ਦੋਨੋਂ ਚੇਂਜ ਹੁੰਦੇ ਨੇ ਤੇ ਬੋਥ 1ਲ ਐਂਡ 2ਲ ਵਿਲ ਬੀ ਦਾ ਰਾਈਟ ਆਨਸਰ ਹੁਣ ਆਪਾਂ ਕਰਦੇ ਆ ਥੋੜੇ ਜੇ ਮੁਗਲਸ ਦੇ ਕੁਐਸਚਨ ਕੁਐਸਚਨ ਕਹਿੰਦਾ ਇਨ ਅਕਬਰ ਰਜਾਈਮ ਡੈਸ਼ ਵਾਸ ਅ ਮਿਲਟਰੀ ਹਿੱ ਅਕਬਰ ਦੇ ਟਾਈਮ ਦੇ ਵਿੱਚ ਕਿਹੜਾ ਜਿਹੜਾ ਸੀਗਾ ਉਹ ਮਿਲਟਰੀ ਹੈਡ ਸੀਗਾ ਉਹ ਸੀਗੇ ਸਾਡੇ ਮੀਰ ਬਖਸ਼ੀ ਠੀਕ ਹੈ ਜੀ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਅਕਬਰ ਦੇ ਬਾਰੇ ਇਹ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਹੋਰ ਦੱਸ ਦੇਣੀ ਆ ਦੇਖੋ ਅਕਬਰ ਦੀ ਜਿਹੜੀ ਸੈਕਿੰਡ ਕੈਪੀਟਲ ਬਾਰੇ ਪੁੱਛਿਆ ਜਾਂਦਾ ਉਹ ਹੈ ਫਤਿਹਪੁਰ ਸਿਕਰੀ ਫਤਿਹਪੁਰ ਸਿਕਰੀ ਅਕਬਰ ਦੀ ਸੈਕਿੰਡ ਕੈਪੀਟਲ ਸੀ ਇੱਥੇ ਉਹਨਾਂ ਨੇ ਪੰਜ ਮਹਿਲ ਹੋ ਗਿਆ ਰਾਨੀ ਆਲੀ ਮਹਿਲ ਇਬਾਦਤ ਖਾਨਾ ਇਬਾਦਤ ਖਾਨਾ ਉਹ ਖਾਨਾ ਹੁੰਦਾ ਸੀ ਜਿੱਥੇ ਗਵਾਂ ਦੀ ਪੂਜਾ ਕੀਤੀ ਜਾਂਦੀ ਸੀਗੀ ਠੀਕ ਹੈ ਜੀ ਇੱਕ ਹੁੰਦਾ ਸੀ ਆ ਦਿਵਾਨੇ ਖਾਸ ਦਿਵਾਨੇ ਖਾਸ ਬਿਲਡਿੰਗ ਇੱਕ ਇੱਦਾਂ ਦੀ ਬਿਲਡਿੰਗ ਸੀਗੀ ਜਿੱਥੇ ਖਾਸ ਲੋਕ ਆਉਂਦੇ ਸੀਗੇ ਦਿਵਾਨੇ ਆਮ ਇੱਕ ਇੱਦਾਂ ਦੀ ਬਿਲਡਿੰਗ ਸੀ ਜਿੱਥੇ ਅਕਬਰ ਨੂੰ ਮਿਲਣ ਜਿਹੜੇ ਆਮ ਲੋਕ ਆਉਂਦੇ ਸੀ ਅਕਬਰੀ ਇੱਦਾਂ ਦਾ ਸੀਗਾ ਜਿਨੇ ਜਿਹੜਾ ਹੈ ਪਾੜਾ ਸਤੀ ਪ੍ਰਥਾ ਨੂੰ ਅਗੇਂਸ ਸੀਗਾ ਅਕਬਰੀ ਇੱਦਾਂ ਦਾ ਸੀਗਾ ਜਿਹੜਾ ਇਲਿਟਰੇਟ ਸੀਗਾ ਅਕਬਰ ਦੀ ਜਿਹੜੀ ਸਭ ਤੋਂ ਪਹਿਲੀ ਬੈਟਲ ਹੁੰਦੀ ਹੈਗੀ ਹੈ ਉਹ ਸੈਕਿੰਡ ਬੈਟਲ ਆਫ ਪਾਨੀਪਤ ਹੁੰਦੀ ਹੈ ਬੱਚਾ 15 56 ਦੇ ਵਿੱਚ ਹੁੰਦੀ ਹੈ ਹੇਮੂ ਦੇ ਨਾਲ ਠੀਕ ਹੈ ਅਕਬਰ ਦੇ ਪਿਤਾ ਦਾ ਨਾਮ ਜਿਹੜਾ ਹੁੰਦਾ ਉਹ ਹੀ ਮਾਈੂ ਹੁੰਦਾ ਹੈ ਇਹ ਵੀ ਤੁਹਾਨੂੰ ਯਾਦ ਹੋਣਾ ਹੈ ਅਕਬਰ ਦੇ ਉੱਪਰ ਦੋ ਬੁੱਕਸ ਲਿਖੀਆਂ ਗਈਆਂ ਨੇ ਇੱਕ ਹੈਗੀ ਅਕਬਰਨਾਮਾ ਇੱਕ ਹੈਗੀ ਇਹਨੇ ਅਕਬਰੀ ਇਹ ਕੁਐਸ਼ਨ ਸਾਰੇ ਦੇ ਸਾਰੇ ਪੁੱਛੇ ਜਾਂਦੇ ਨੇ ਅਕਬਰਨਾਮਾ ਇਹਨੇ ਅਕਬਰੀ ਅਕਬਰਨਾਮਾ ਦੇ ਵਿੱਚ ਅਕਬਰ ਦੇ ਬਾਰੇ ਗੱਲ ਕੀਤੀ ਗਈ ਹੈ ਇਹਨੇ ਅਕਬਰੀ ਦੇ ਵਿੱਚ ਅ ਅਕਬਰ ਦੀ ਜਿਹੜੀ ਕਹਿ ਲਓ ਕਿ ਤੁਹਾਡੀ ਅਕਬਰ ਦਾ ਨਾ ਰੈਵਨਿਊ ਸਿਸਟਮ ਕਾਫੀ ਅੱਛਾ ਸੀਗਾ ਤੇ ਉਹਦੇ ਬਾਰੇ ਗੱਲ ਕੀਤੀ ਗਈ ਹੈਗੀ ਅਗਲਾ ਕੁਐਸਚਨ ਕਹਿੰਦੇ ਆ ਹੂ ਵਾਸ ਟਰਸਟਡ ਜਨਰਲ ਆਫ ਮੁਗਲ Empire ਅਕਬਰ ਟਰਸਟਡ ਜਨਰਲ ਕੌਣ ਸੀਗਾ ਦੇਖੋ ਇੱਕ ਗੱਲ ਤਾਨਸੇਨ ਜਿਹੜਾ ਸੀਗਾ ਨਾ ਅਕਬਰ ਦੇ ਟਾਈਮ ਤੇ ਉਹ ਗਾਣੇ ਗਾਉਂਦਾ ਸੀਗਾ ਤੇ ਅਕਬਰ ਨੇ ਇਹਨੂੰ ਟਾਈਟਲ ਦਿੱਤਾ ਸੀ ਮੀਆਂ ਤਾਨਸੇਨ ਇਹ ਵੀ ਕੁਐਸਚਨ ਪੁੱਛ ਲਿੱਤਾ ਜਾਂਦਾ ਕਿ ਮੀਆਂ ਦਾ ਟਾਈਟਲ ਦੇਣ ਵਾਲਾ ਕੌਣ ਸੀਗਾ ਤੇ ਉਹ ਅਕਬਰ ਸੀਗਾ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਸਭ ਤੋਂ ਜ਼ਿਆਦਾ ਟਰਸਟਡ ਜਿਹੜਾ ਕਹਿ ਲੋ ਕੀ ਅਕਬਰ ਦਾ ਜਰਨਲ ਸੀਗਾ ਉਹ ਸੀਗਾ ਰਾਜਾ ਤੋਦਰਮਲ ਬਹੁਤ ساری ਲੜਾਈਆਂ ਰਾਜਾ ਤੋਦਰਮਲ ਨੇ ਅਕਬਰ ਲਈ ਲੜੀ ਇਹਦੇ ਵਿੱਚੋਂ ਇੱਕ ਲੜਾਈ ਸੀ ਬੈਟਲ ਆਫ ਹਲਦੀ ਘਾਟੀ ਬੈਟਲ ਆਫ ਹਲਦੀ ਘਾਟੀ ਬਸ ਚਾ ਇਹ ਗੱਲ ਯਾਦ ਰੱਖਣੀ ਹੈ ਹਲਦੀ ਘਾਟੀ ਦੀ ਜਿਹੜੀ ਲੜਾਈ ਸੀਗੀ ਉਹ ਕਦੋਂ ਹੋਈ ਸੀ 1576 ਦੇ ਵਿੱਚ ਨੈਕਸ ਵੈਨ ਵਾਸ ਆ ਦੇਖੋ ਅਗਲਾ ਕੁਸ਼ਨ ਆ ਗਿਆ ਵੈਨ ਵਾਸ ਦਾ ਬੈਟਲ ਆਫ ਹਲਦੀ ਘਾਟੀ ਫਾਊਟ ਪਲੀਜ਼ ਰਿਮੈਂਬਰ ਦੈਟ 1576 ਦੇ ਵਿੱਚ ਲੜਾਈ ਹੋਈ ਸੀ ਡੂਰਿੰਗ ਦਾ ਅਕਬਰ ਰੀਜਨ ਹੂ ਵਾਸ ਅ ਫਾਈਨਾਂਸ ਮਿਨਿਸਟਰ ਹੁਨੇ ਪੁੱਛ ਲਿਆ ਗਿਆ ਕਿ ਫਾਈਨਾਂਸ ਮਿਨਿਸਟਰ ਕੌਣ ਸੀਗੇ ਦੇਖੋ ਹੁਣ ਇੱਕ ਗੱਲ ਹੋਰ ਮੈਂ ਪਿੱਛੇ ਆ ਤ ਦੱਸਣਾ ਭੁੱਲੀ ਗਈ ਹਲਦੀ ਘਾਟੀ ਦੀ ਲੜਾਈ ਕਿਹਦੇ ਵਿੱਚ ਹੋਈ ਸੀ ਹਾਂਜੀ ਹਲਦੀ ਘਾਟੀ ਦੀ ਜਿਹੜੀ ਲੜਾਈ ਹੈ ਨਾ ਇਹ ਤੁਹਾਡੀ ਹੋਈ ਹੈ ਰਾਣਾ ਪ੍ਰਤਾਪ ਸਿੰਘ ਤੇ ਤੁਸੀਂ ਕਹਿ ਲਓ ਅਕਬਰ ਦੇ ਵਿੱਚ ਰਾਣਾ ਪ੍ਰਤਾਪ ਸਿੰਘ ਤੁਹਾਨੂੰ ਪਤਾ ਹੈ ਮੇਵਾੜ ਤੋਂ ਸੀ ਰਾਜਪੂਤ ਸੀਗੀ ਅਕਬਰ ਨਾਲ ਉਹਦੀ ਬੰਦ ਹੀ ਨਹੀਂ ਸੀਗੀ ਤੇ ਉਹਨਾਂ ਦੇ ਵਿੱਚ ਜਿਹੜੀ ਹੈ ਲੜਾਈ ਹੋਈ ਸੀਗੀ 1576 ਦੇ ਵਿੱਚ ਇਹਦੇ ਵਿੱਚ ਜਿਹੜੀ ਮੁਗਲ ਫੋਰਸਿਸ ਜੜੀਆਂ ਨੇ ਉਹ ਵਿਨ ਕਿਤੀਆਂ ਸੀਗੀਆਂ ਠੀਕ ਹੈ ਆਈ ਅੱਗੇ ਵਲ ਕੇ ਆਦਿਆ ਫਾਈਨਾਂਸ ਮਿਨਿਸਟਰ ਜਿਹੜਾ ਕੌਣ ਸੀ ਗਏ ਦੇ ਵਿੱਚ ਹੁਣ ਦੇਖੋ ਰਾਜਾ ਤੋਦਰਮਲ ਜੀ ਸੀਗੇ ਫਾਈਨਾਂਸ ਮਿਨਿਸਟਰ ਸੀਗੇ ਹੀ ਵਾਸ ਆ ਕਹ ਲੋ ਇੱਕ ਨੌ ਨਵਰਤਨ ਹੁੰਦੇ ਸੀ ਅਕਬਰ ਦੇ ਕੋਟ ਦੇ ਵਿੱਚ ਇਹਨਾਂ ਨੂੰ ਨਾ ਫਾਈਨਾਂਸ ਮਿਨਿਸਟਰ ਨੂੰ ਉਸ ਵਕਤ ਫਾਈਨਾਂਸ ਮਿਨਿਸਟਰ ਨਹੀਂ ਕਹਿੰਦੇ ਸੀ ਉਸ ਵਕਤ ਆਪਾਂ ਇਹਨਾਂ ਨੂੰ ਕਹਿੰਦੇ ਸੀ ਮੁਸ਼ਰਫੀ ਦੀਵਾਨ ਠੀਕ ਹੈ ਜੀ ਤੇ ਇਹ ਤੁਹਾਨੂੰ ਯਾਦ ਰੱਖਣਾ ਹੈ ਤੇ ਇਹਨਾਂ ਨੇ ਨਾ ਇੱਕ ਬਹੁਤ ਹੀ ਇੰਪੋਰਟੈਂਟ ਸਿਸਟਮ ਉਸ ਵਕਤ ਇੰਟਰੋਡਿਊਸ ਕੀਤਾ ਸੀ ਇਸ ਸਿਸਟਮ ਨੂੰ ਕਿਹਾ ਜਾਂਦਾ ਸੀ ਦਸਾਲਾ ਸਿਸਟਮ ਠੀਕ ਹੈ ਬਹੁਤ سارے ਰੈਵਨਿਊ ਕਲੈਕਸ਼ਨ ਦਾ ਸਿਸਟਮ ਇਹਨਾਂ ਨੇ ਇਜਾਬ ਕਿਤੇ ਸੀ ਜਿੰਨਾ ਰੈਵਨਿਊ ਕਲੈਕਸ਼ਨ ਜਿਹੜਾ ਅਕਬਰ ਦਾ ਬਹੁਤ ਵਧੀਆ ਹੋ ਗਿਆ ਸੀ ਟੂ ਹੂਮ ਦੇ ਅਕਬਰ ਗੇਵ ਦਾ ਟਾਈਟਲ ਮੀਆਂ ਤੇ ਹੋਂ ਦਾ ਇਹ ਤੁਹਾਨੂੰ ਪਤਾ ਹੀ ਹੋਣਾ ਵੀ ਤਾਨ세 ਨੂੰ ਦਿੱਤਾ ਸੀ ਮੀਆਂ ਤਾਨ세 ਇਹਨਾਂ ਨੂੰ ਬੋਲਿਆ ਜਾਂਦਾ ਸੀ ਬੈਟਲ ਫੋਰ ਦਿੱਲੀ ਵਾਸ ਫਾਊਟ ਇਨ ਦਾ ਇਅਰ ਕਦੋਂ ਜਿਹੜੀ ਬੈਟਲ ਆਫ ਦਿੱਲੀ ਹੈ ਉਹ ਤੁਹਾਡੀ ਫਾਊਟ ਹੋਈ ਸੀ ਬੱਚਾ ਬੈਟਲ ਆਫ ਦਿੱਲੀ ਨੂੰ ਅਸੀਂ ਕਈ ਵਾਰੀ ਬੈਟਲ ਆਫ ਤੁਗਲਾਬਾਦ ਵੀ ਤੁਗਲਕ ਬਾਦ ਵੀ ਕਹਿੰਨੇ ਆ ਇਹ ਤੁਹਾਡੀ ਹੇਮੂ ਦੇ ਵਿੱਚ ਹੇਮੂ ਇੱਕ ਅਫਗਾਨ ਸੀਗਾ ਠੀਕ ਹੈ ਤੇ ਮੁਗਲ ਫੋਰਸਿਸ ਦੇ ਵਿੱਚ ਲੜੀ ਗਈ ਸੀ ਬੇਗਮ ਖਾਨ ਸੀਗੀ ਦੇ 1556 ਦੇ ਵਿੱਚ ਹੀ ਲੜੀ ਗਈ ਸੀ ਔਰ ਹੇਮੂ ਇਹਦੇ ਵਿੱਚ ਜਿੱਤ ਗਿਆ ਸੀਗਾ ਫਿਰ ਉਸ ਤੋਂ ਬਾਅਦ 1556 ਵਿੱਚ ਅਕਬਰ ਜਿਹੜਾ ਹੈ ਫੇਰ ਲੜਦਾ ਉਹ ਨੂੰ ਸੈਕਿੰਡ ਬੈਟਲ ਆਫ ਪਾਨੀਪਤ ਬੋਲਿਆ ਜਾਂਦਾ ਕਿਉਂਕਿ ਮੁਗਲ ਸਾਮਰਾਜ ਉਸ ਵਕਤ ਦਿੱਲੀ ਦੇ ਵਿੱਚ ਸੀਗਾ ਹੁਣ ਜੇ ਤਾਲ ਮੁਗਲਸ ਨਹੀਂ ਆਉਂਦੇ ਤੇ ਇਹ ਤੁਹਾਨੂੰ ਬਸ ਸਿਰਫ ਸੁਣਨਾ ਹੀ ਪਏਗਾ ਹੁਣ ਇੰਨੀ ਹਿਸਟਰੀ ਸਿੱਖਣ ਲਈ ਹਜੇ ਤੁਹਾਨੂੰ ਹਿਸਟਰੀ ਸਿਖਾਣੀ ਹੈ ਮੈਂ ਫੇਰ ਕਹਿ ਰਹੀ ਹਾਂ ਮੈਂ ਜਿਹੜੀ ਲਾਈਵ ਕਲਾਸਿਸ ਨੇ ਬੱਚਾ ਮੈਂ ਪ੍ਰਾਈਸਿਸ ਤੁਹਾਡੇ ਲਈ ਜ਼ਿਆਦਾ ਨਹੀਂ ਰੱਖਣ ਵਾਲੀ ਹੈਗੀਆਂ ਠੀਕ ਹੈ ਮੈਨੂੰ ਕੋਈ ਇੱਛਾ ਨਹੀਂ ਹੈਗੀ ਕਿ ਮੈਂ 2500 2500 ਰੁਪਿਆ ਤੁਹਾਡੇ ਤੋਂ ਜੀਐਸਡੀ ਲਈ ਲਾਵਾਂ ਬਹੁਤ ਐਕਸਪੀਰੀਅੰਸ ਟੀਚਰ ਹਾਂ ਤੁਸੀਂ ਇੱਕ ਵਾਰ ਟਰਸਟ ਕਰਕੇ ਵੇਖੋ ਤੁਹਾਡੇ ਟਰਸਟ ਨੂੰ ਟੁੱਟਣ ਨਹੀਂ ਦੇਵਾਂਗੇ ਅਸੀਂ ਠੀਕ ਹੈ ਮੈਂ ਮੈਥ ਦਾ ਟੀਚਰ ਵੀ ਤੁਹਾਡੇ ਲਈ ਲੱਭਿਆ ਹੈਗਾ ਉਹ ਵੀ ਤੁਹਾਡੇ ਲਈ ਬਹੁਤ ਵਰ ਹਾਰਡ ਵਰਕ ਮਤਲਬ ਹਾਰਡ ਵਰਕ ਕਰੇਗਾ ਤੇ ਧੀਰੇ ਧੀਰੇ ਕਰਕੇ ਜੇ ਮੈਨੂੰ ਤੁਹਾਨੂੰ ਸਰਵਿਸਿਜ਼ ਦੇਣੀਆਂ ਹੈ ਆਈ ਹੈਵ ਟੂ ਸਰਵਾਈਵ ਰਾਈਟ ਸੋ ਆਈ ਹੈਵ ਟੂ ਮਤਲਬ ਮੈਨੂੰ ਇੰਨੀ ਮਿਨੀਮਮ ਤੋਂ ਮਿਨੀਮਮ ਜਿੰਨੀ ਮੈਂ ਕਾਸਟ ਰੱਖ ਸਕਦੀ ਆ ਜਿਸ ਨਾਲ ਤੁਹਾਡਾ ਕੰਮ ਸਾਝੇ ਤੇ ਤੁਸੀਂ ਪੜ ਲਵੋ ਅਸੀਂ ਪੜਾਣ ਆ ਲਿਆ ਚੋਂ ਆਂ ਤੇ ਅਸੀਂ ਪੜਾਣ ਆ ਲੇਵਾਂ ਨੂੰ ਅਸੀਂ ਪੜਾਣ ਆ ਲਿਆ ਚੋਂ ਆ ਠੀਕ ਹੈ ਤੇ ਆਰਾਮ ਨਾਲ ਪੜੋ ਦੇਖੋ ਕੁਐਸ਼ਨਸ ਦੀ ਕੁਆਲਿਟੀ ਦੇਖੋ ਤੁਸੀਂ ਡੇਲੀ ਤੁਹਾਨੂੰ ਇਹ ਕੁਐਸ਼ਨਸ ਮਿਲਣਗੇ ਤੁਹਾਨੂੰ ਖੁਦ ਪਤਾ ਲੱਗੇਗਾ ਤੁਹਾਡੀਆਂ ਕਮੀਆਂ ਕਿੱਥੇ ਨੇ ਇਹ ਆਇਨਾ ਹੈ ਤੁਹਾਡੇ ਲਈ ਪੇਪਰ 'ਚ ਇਦਾਂ ਦੇ ਹੀ ਕੁਐਸ਼ਨ ਆੜੇ ਨੇ ਉਹ ਉਹ ਗੱਲਾਂ ਛੱਡ ਦਿਓ ਜਿਹੜੀਆਂ ਤੁਸੀਂ ਕਰਦੇ ਆ ਰਹੇ ਹੋ ਮੈਂ ਫੇਰ ਬੋਲਦੀ ਪਈ ਆ ਬlesed ਕਰ ਫੀਲ ਕਰੋ ਕਿ ਤੁਹਾਨੂੰ ਇਹ ਮੌਕਾ ਮਿਲਿਆ ਤੁਸੀਂ ਪੜੇ ਲਿਖੇ ਹੋ ਤੇ ਤੁਸੀਂ ਪੇਪਰ ਦੇ ਪਾ ਰਹੇ ਹੋ ਬਹੁਤ ਜਗ੍ਹਾ ਇਦਾਂ ਜਿਨ੍ਹਾਂ ਨੂੰ ਇਹ ਮੌਕਾ ਵੀ ਨਹੀਂ ਮਿਲ ਪਾਦਾ ਸਾਡੇ ਵਾਰੀ ਤਾਂ ਕੋਈ ਸੀਗਾ ਹੀ ਨਹੀਂ ਜੀ ਕਿ ਕੋਈ ਤਿਆਰੀ ਵੀ ਕਰਾ ਦੇ ਦਸਵੀਂ ਦੇ ਕਿੱਦਾਂ ਦਾਣਾ ਬਟ ਆਈ ਐਮ ਹੇਅਰ ਫਾਰ ਯੂ ਰਾਈਟ ਸੋ ਯੂ ਹਵ ਟੂ ਪ੍ਰੀਪੇਅਰ ਗੋ ਡਾਊਨਲੋਡ ਦਾ ਐਪ ਉੱਥੇ ਰਜਿਸਟ੍ਰੇਸ਼ਨ ਕਰਾਓ जो जो तो तो बाद चो जो पंद्रह बाद करोंगे रिकॉर्डिंग विल भी अवेलेबल फॉर नाइन नाइन रुपीज़ फोर्टी नाइन रुपीज़ नहीं रहेगा वो प्राइस मैं फिफ्टीन तो बाद हो प्राइस नाइन नाइन रुपीज़ कट देना है तो फोर्ट नाइन रुपीज़ अगर लेना चाहते हो अर्ली वर्ल्ड के गो गेट द कोर्स इंडियन पॉलिटी रजिस्टर योर सैल्फ पी डी एफ एंड लाइव क्लासेज विल भी दियो सैकेंड बैच भी आएगा जनरल सैंस का बैच भी कट रही या हिस्टरी का भी सारे बैचज़ आरे धीरे करके आप मैथ्स की भी गल कर रहे ਦੇਖਦੇ ਆ ਹੁਣ ਕਿੰਨਾ ਰਿਸਪੌਂਸ ਤੁਸੀਂ ਦੇਣੇ ਹੋ ਬੀਰਬਲ ਵਾਸ ਐਨ ਐਡਵਾਈਜ਼ਰ ਇਨ ਦਾ ਕੋਰਟ ਆਫ ਠੀਕ ਹੈ ਹੁਣ ਬੀਰਬਲ ਜਿਹੜਾ ਕਿਦੇ ਕੋਰਟ ਦੇ ਵਿੱਚ ਐਡਵਾਈਸ ਸੀਗੇ ਠੀਕ ਹੈ ਬੀਰਬਲ ਦਾ ਪਹਿਲਾ ਸਭ ਤੋਂ ਪਹਿਲਾ ਬੀਰਬਲ ਦਾ ਇੱਕ ਨਾਮ ਤੁਸੀਂ ਯਾਦ ਰੱਖਣਾ ਹੈ ਇਹਦਾ ਨਾ ਰੀਅਲ ਨੇਮ ਜਿਹੜਾ ਸੀਗਾ ਮਹੇਸ਼ ਦਾਸ ਦੂਜੀ ਗੱਲ ਅਸੀਂ ਕਹੀਏ ਬੀਰਬਲ ਹੀ ਇੱਦਾਂ ਦੇ ਸੀਗੇ ਜਿਨ੍ਹਾਂ ਨੇ ਅਕਬਰ ਦਾ ਇੱਕ ਧਰਮ ਸੀ ਦਿਨੇ ਇਲਾਹੀ ਇਹਨਾਂ ਨੂੰ ਪ੍ਰਾਈਜ਼ ਓਨਲੀ ਹਿੰਦੂ ਹੀ ਵਾਸ ਓਨਲੀ ਹਿੰਦੂ ਹੂ ਅਡਾਪਟਡ ਦਾ ਅਕਬਰ ਦਿਨੇ ਇਲਾਹੀ ਰੀਜਨ ਇਹ ਵੀ ਤੁਹਾਨੂੰ ਯਾਦ ਰੱਖਣਾ ਹੈ ਹੂ ਡਿਡ ਅਕਬਰ ਡੀਫੀਟ ਇਨ ਦਾ ਸੈਕੰਡ ਬੈਟਲ ਆਫ ਪਾਨੀਪਤ ਵਿਚ 1556 ਦੇ ਵਿੱਚ ਹੋਈ ਸੀ ਤੇ ਇਹਨਾਂ ਨੇ ਕਿਹਨੂੰ ਹਰਾਇਆ ਸੀਗਾ ਇਹ ਆਪਸ਼ਨ ਅਲੱਗ ਹੈਗਾ ਹੇਮੂ ਨੂੰ ਹਰਾਇਆ ਸੀਗਾ ਠੀਕ ਹੈ ਇਹ ਯਾਦ ਰੱਖਣਾ ਹੈ ਵੈਰੀ ਵੈਰੀ ਇੰਪੋਰਟੈਂਟ ਅਗਲਾ ਕੁਐਸਚਨ ਕਹਿੰਦਾ ਹੈ ਦਾ ਇਬਾਦਤਖਾਨਾ ਵਾਸ ਅ ਮੀਟਿੰਗ ਹਾਊਸ ਬਿਲਟ ਬਾਈ ਵਿਚ ਮੁਗਲ Empire ਇਬਾਦਤ ਖਾਨਾ ਗਾਇਸ ਮੈਂ ਹਜੇ ਦੱਸਿਆ ਅਕਬਰ ਦੀ ਜਿਹੜੀ ਸੈਕਿੰਡ ਕੈਪੀਟਲ ਸੀ ਕਿ ਫਤਿਹਪੁਰ ਸਿਕਰੀ ਸੀਗੀ ਤੇ ਇਬਾਦਤ ਖਾਨਾ ਕਿੱਥੇ ਬਿਲਟ ਕੀਤਾ ਗਿਆ ਹੈਗਾ ਵਾ ਜੀ ਇਹ ਤੁਹਾਡਾ ਸੀ ਵਿਲ ਬੀ ਦਾ ਰਾਈਟ ਆਨਸਰ ਅਕਬਰ ਇੱਕ ਹੋਰ ਗੱਲ ਮੈਂ ਹੁਣ ਇਹਨਾਂ ਦੀ ਸਾਰੇ ਕੁਐਸਚਨਸ ਦੀ ਪੀਡੀਐਫ ਵਿਦ ਸੋਲੂਸ਼ਨ ਵੀ ਦੇਣ ਵਾਲੀ ਹੈਗੀ ਹਾਂ ਮੈਨੂੰ ਲੱਗਦਾ ਕਿ ਇਹ ਤੁਹਾਨੂੰ ਰਿਵੀਜ਼ਨ ਲਈ ਚਾਹੀਦੀ ਹੋਊਗੀ ਇਹਦਾ ਇੱਕ ਕੋਰਸ ਮੈਂ ਅੱਜ ਬਣਾ ਦਾਂਗੀ ਆਪਣੇ ਐਪ ਦੇ ਉੱਤੇ ਵੀ ਉੱਥੇ ਤੁਹਾਨੂੰ ਰਿਕਾਰਡਿੰਗਸ ਇਸ ਦੀਆਂ ਅਵੇਲੇਬਲ ਹੋਣਗੀਆਂ ਵਿਦ ਪੀਡੀਐਫ ਬਟ ਕੋਸ਼ਿਸ਼ ਕਰਿਓ ਕਿ ਤੁਸੀਂ ਇਹ ਲੈਕਚਰ ਨੂੰ ਹਮੇਸ਼ਾ YouTube ਤੇ ਦੇਖੋ ਠੀਕ ਹੈ PDF ਵਗੈਰਾ ਉੱਥੇ ਹੀ ਸਾਰੀ अवेलेबल ਹੋਣਗੀਆਂ ਤੁਸੀਂ ਫ੍ਰੀ ਆਫ ਕੋਸਟ ਇਸਪੀ ਯਾ ਪੀਡੀਐਫ ਨੂੰ ਅਸੈਸ ਜੜਾ ਆਪ ਕਰ ਸਕਦੇ ਹੋ ਇਟ ਵਿਲ ਟੇਕ ਮੀ 1 ਟੂ 2 3 ਡੇਸ 1 ਟੂ 2 ਡੇਸ ਕਿਉਂਕਿ ਮੈਂ ਸਾਰਾ ਸ਼ਡਿਊਲ ਬਣਾ ਰਹੀ ਹਾਂ ਮੈਂ ਇਕੱਲੀ ਸਾਰਾ ਕੰਮ ਕਰਦੀ ਹਾਂ ਹਜੇ ਮੈਂ ਟੀਮ ਹਾਇਰ ਨਹੀਂ ਕੀਤੀ ਹੈ ਧੀਰੇ ਧੀਰੇ ਕਰਕੇ ਸਾਰੀ ਚੀਜ਼ਾਂ ਜੜੀਆਂ ਨੇ ਹੋਣ ਗਿਆ ਹਜੇ ਮੈਂ ਇਕੱਲੀ ਸਾਰਾ ਹੈਂਡਲ ਕਰ ਰਹੀ ਹਾਂ ਤੇ ਤੁਸੀਂ ਇਸ ਗੱਲ ਨੂੰ ਸਮਝੋ ਮੈਡਮ ਇਕੱਲੀ ਕਰਦੀ ਵੀ ਹੈ ਥੋੜਾ ਥੋੜਾ ਟਾਈਮ ਲੱਗੇਗਾ ਚੀਜ਼ਾਂ ਨੂੰ ਕਰਨੀ ਠੀਕ ਹੈ ਹੂ ਵਾਸ ਅ ਆਰਕੀਟੈਕਟ ਹੂ ਡਿਜ਼ਾਈਨ ਤਾਜ ਮਹਿਲ ਕਿਨੇ ਆਰਕੀਟੈਕਟ ਜਿਹੜਾ ਮੁਗਲ ਪਹਿਸ਼ ਆ ਜਾਣੇ ਬਿਲਡ ਕੀਤਾ ਸੀਗਾ ਕਿਦੇ ਲਈ ਆਪਣੀ ਵਾਈਫ ਲਈ आर्कीक्ट उन्हों का नाम से उस्ताद अहमद लॉरी ठीक है यहां गल याद रखनी एक होर गल दस दिए ताजमहल ही इदा बिल्डिंग है जिरी लेंथ एंड ब्रैथ एकदम सेम है स्क्योर शेप है और कोई इदा बिल्डिंग नहीं है भी बिल्ड मोती मज़िद। मोती मज़िद बिल्ड ये भी तुम याद रखना शाहजहान बिल्ड का मोती मस्जिद मोती मस्जिद दो जगह बिल्ट हुई हुई है ठीक है एक ताकि आगरा है एक है दिल्ली जलों पूछे आगरा च किन्ने आगरा च कितने बिल्ट कि हैगी है ਓ ਸ਼ਾਹ ਆਜਾਨਾ ਇੱਕ ਦਿੱਲੀ ਵਿੱਚ ਹੈ ਉਹ ਤੁਹਾਡੀ ਔਰੰਗਜ਼ੇਬ ਦੇ ਦੁਆਰਾ ਕੀਤੀ ਗਈ ਹੈ ਠੀਕ ਹੈ ਇਹ ਸੀਗੇ ਅੱਜ ਦੇ ਆਪਣੇ ਜਿਹੜੇ ਕੁਸ਼ਨ ਹੈ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਅੱਛੇ ਲੱਗਣਗੇ ਧੀਰੇ ਧੀਰੇ ਮੈਂ ਹੋਰ ਵਧਾਉਂਦੀ ਜਾਊਂਗੀ ਜਿੱਦਾਂ ਜਿੱਦਾਂ ਮੈਨੂੰ ਰਿਸਪੌਂਸ ਜਿਹੜਾ ਬੱਚਾ ਮਿਲਦਾ ਜਾਏਗਾ ਹੋਰ ਬੱਚੇ ਆ ਜਾਣ ਥੋੜੇ ਠੀਕ ਹੈ ਪੋਲੀਟੀ ਬਾਚ ਪਲੀਜ਼ ਇਨਰੋਲ ਦਾ ਬਾਚ 15 ਤੋਂ ਸਟਾਰਟ ਹੈ ਮੇ ਜਾਨੀਏ ਸਾਰੇ ਆਪਣੀ ਲਾਈਵ ਕਲਾਸਿਸ ਤੋਂ ਆਪਾਂ ਕਨੈਕਟ ਕਰ ਪਾਈਏ ਪੂਰਾ एक होर जो कनैक्ट जो बैच इनरोल करते हो आप इनरोल करते होली मेरे नाल कनैक्ट हो जाने हो एक ग्रुप बनया होएगा यू कैन मैसेज मी मैसेज मी देयर एंड ऑल तो पूरी गाइडेंस उ मिल जाए करेगी ठीक है जी बाकी हूँ बाकी कोर्सिज भी देखो एग्रीकल्चर की क्लासिस भी आ जाए थोड़े दिन तो मैं सही नहीं हाँ इस करके लैक्चर जो पा रही हूँ पर पूरी कोशिश कर रही हूँ कॉपअप कर थैंक यू वेरी मच हैव अ ग्रेट डे आई होप यू लाइक द लैक्चर